नमस्कार दोस्तों, निरोग दिवस स्थान के यूट्यूब चैनल आरबी लाइव मीडिया में आपका स्वागत है। अपडेट फाजिलका से आ रही है। फाजिलका में नगर काउंसिल के प्रधान राकेश जुड़िया पर किन्हीं अज्ञात व्यक्तियों द्वारा हमला कर दिया गया। राकेश जुड़िया नई नाई मंडी में अपनी दुकान से वापस घर लौट रहे थे कि रास्ते में उन पर हमला किया गया। नई नाई मंडी में ही तीन लोगों द्वारा कापे व डंडों के साथ उन पर हमला किया गया। हमलावर मोटरसाइकिल पर सवार होकर आए थे। हमलावरों द्वारा राकेश जुड़िया को घायल कर दिया गया, जिसके चलते उन्हें उपचार के लिए फाजिलका के सिविल अस्पताल में भर्ती किया गया। मामले की सूचना पाते ही यहां पर भारतीय जनता पार्टी के जिला अध्यक्ष सुबोध वर्मा, नगर काउंसिल के पूर्व अध्यक्ष अनिल सेठी सहित बड़ी संख्या में भाजपा कार्यकर्ता यहाँ पर पहुँच गए, जिन्होंने राकेश जुड़िया को फाजिलका के सिविल अस्पताल में उपचार के लिए भर्ती किया गया। जिस प्रकार से यह मामला सामने आया है, फाजिलका में नगर काउंसिल के अध्यक्ष राकेश जुड़िया पर किन्हीं अज्ञात व्यक्तियों द्वारा हमला कर दिया गया, जिसमें राकेश जुड़िया घायल हो गए हैं। उन्हें उपचार के लिए फाजिलका के सिविल अस्पताल में भर्ती किया गया है। आपको लाइव कवरेज दिखा रहा हूँ, बने रहे हमारे साथ, देखते रहे हमारा चैनल। मैंने तो अचानक फोन आया थोड़ी जी रात का, तो मैंने कुछ लोगों ने मैंने मारे कुटिया, तो मैं डिग्या पे होम सी दुकान अगे, तो मैं तुरंत अपने साथियों असं लैके उत्थे पहुंचे हाँ। उन्होंने जस्ट अस लैके उन्हें हॉस्पिटल आए हैं। बाकी सारी डिटेल कौन सी की हल्ले स्टूडियो को पुछनी हल्ले से, लेकिन यह भी पहली प्रायोरिटी तो यह सी कि जो भी जल्दी जल्दी सिविल हॉस्पिटल पहुंचे। मामला तुमको लुटता लगता है कि राजनीतिक रंजिश का लगता है? सारी हल्ले जो डिटेल अस स्टूडियो को पुछा गया, उस तो बाद सारी गल पता लगेगी एक मतलब एक्चुअल मामला की है। ਤੁਹਾਡੀਆਂ ਨਾਲ ਮੈਂ ਗੱਲ ਕਰਕੇ ਫਿਰ ਉਸ ਤੋਂ ਬਾਅਦ ਤੁਹਾਨੂੰ ਦੱਸ ਪਾਵਾਂਗੇ ਅਸੀਂ ਕੁਛ। ਦੁਕਾਨ ਤੋਂ ਜਸ ਰਾਜ ਮੋਤੀ ਲਾਲ ਦੁਕਾਨ ਹੈ, ਪਤਾ ਨਹੀਂ ਓਮ ਸੇਤੀਏ ਦੀ ਉੱਥੇ ਕਰਕੇ ਆਇਆ ਨਾ। ਅੱਛਾ, ਮੈਨੂੰ ਲੱਗਿਆ ਤਾਂ ਹੈਗਾ ਮੇਰੇ ਪਿੱਛੇ ਦੋ ਤਿੰਨ ਜਿੰਨੇ, ਮੈਂ ਕਿਹਾ ਆਮ ਆਉਂਦੇ ਹੀ ਨਹੀਂ ਬੰਦੇ ਕਿਹੜੀ ਗੱਲ ਹੈ। ਉਹ ਮੈਂ ਜਦੋਂ ਉਹਨਾਂ ਦੁਕਾਨ ਕੋਲ ਪਹੁੰਚਣ ਮਗਰੋਂ ਮੇਰੇ ਕਿਸੇ ਨੇ ਚਪੇੜ ਮਾਰੀ ਇੱਥੇ ਖੁੱਤੀ ਦੇ, ਉਹ ਧੱਕਾ ਮਾਰਿਆ ਵੀ ਡਿੱਗ ਪਏਗਾ। ਉਹ ਮੈਂ ਡਿੱਗਿਆ ਨਹੀਂ ਤਾਂ ਮੈਂ ਥੜੇ ਦੇ ਉੱਤੇ ਚੜਾ ਦਿੱਤੀ ਐਕਟਿਵਾ ਦੁਕਾਨ ਵਾਲੇ ਪਾਸੇ ਖੰਭੇ ਵਾਲੀ। ਉਹ ਜਿਹੜਾ ਉਤਰ ਕੇ ਮੇਰੇ ਮਗਰ ਭੱਜ ਪੈਣਾ, ਇੱਕ ਦੇ ਹੱਥ ਕੱਪ ਸੀ, ਉਹ ਮੋਟਰਸਾਈਕਲ 'ਤੇ ਅਜੇ ਬੈਠਾ ਸੀ, ਅਤੇ ਦੋ ਦੇ ਹੱਥ ਐਡੇ ਐਡੇ ਡੰਡੇ ਸੀ, ਡਾਂਗਾ ਤਾਂ ਨਹੀਂ ਕਹਿ ਸਕਦੇ, ਐਡੇ ਡੰਡੇ ਬਹੁਤ ਤਕੜੇ ਦੱਸਦੇ ਹੀ ਹੋਣੇ ਅਤੇ ਹਾਂ। ਉਹ ਮੈਂ ਜਿਸਦੇ ਭੱਜਿਆ ਨਾ ਅੱਗੋਂ, ਮੈਂ ਕਿਹਾ ਚੱਲ ਦੁਕਾਨ ਖੁੱਲ੍ਹੀ ਹੋਵੇ ਜੀ, ਮੈਂ ਰੋਲਾ ਪਾਉਣਾ ਸ਼ੁਰੂ ਕਰਤਾ, ਮਾਰਤਾ ਬਚਾਓ ਬਚਾਓ ਬਚਾਓ। ਉਹ ਮੈਂ ਅੱਗੋਂ ਪੱਖਾ ਆ ਗਿਆ ਖੜਾ ਸੀ ਕਿਸੇ ਦਾ, ਮੈਂ ਡਿੱਗ ਪਿਆ, ਮੈਨੂੰ ਐਕਟਿਵਾ ਡਿੱਗ ਪਈ ਮੇਰੇ ਕੋਲ, ਐਕਟਿਵਾ ਡਿੱਗਦਿਆਂ ਨਾਲ ਹੀ ਮੈਂ ਥੱਲੇ ਡਿੱਗ ਪਿਆ। ਉਹਨੇ ਇੱਕ ਦਿਨ ਉੱਤੇ ਆ ਕੇ ਨਾ ਮੇਰੇ ਲੱਤਾਂ 'ਤੇ ਦੋ ਤਿੰਨ ਡੰਡੇ ਮਾਰੇ। ਮੈਂ ਉਹਨੂੰ ਕਿਹਾ ਯਾਰ ਲਓ ਫਰਸ ਮੇਰੀ ਜੇਬ 'ਚ ਹੈਗਾ, ਫੜੋ, ਮੈਂ ਮੋਬਾਈਲ ਮੇਰੇ ਹੱਥੇ ਸੀ, ਮੈਂ ਕਿਹਾ ਫੜੋ ਯਾਰ ਅਤੇ ਤੁਸੀਂ ਆਹ ਹੀ ਲੈਣਾ ਲਵੋ। ਮੈਂ ਤਾਂ ਸਮਝਿਆ ਕਿਧਰੇ ਵੀ ਮੈਂ ਕਿਹਾ ਯਾਰ ਆਹ ਪਰਸ ਮੇਰੀ ਜੇਬ 'ਚ। ਉਹਨਾਂ ਨੇ ਨਾ ਪਰਸ ਪਕੜਿਆ ਨਾ ਮੋਬਾਈਲ ਪਕੜਿਆ, ਫੁੱਟਣਾ ਸ਼ੁਰੂ ਕਰਤਾ। ਕੁਛ ਬੋਲੇ ਹੋ ਜੀ? ਕੁਛ ਨਹੀਂ ਬੋਲੇ, ਹਮਲਾ ਕਰਨ ਵਾਲੇ ਕੁਛ ਨਹੀਂ ਬੋਲੇ, ਕੁਛ ਨਹੀਂ ਬੋਲੇ। ਉਹਨਾਂ ਨੇ ਬਸ ਉਹਨੇ ਪੁੱਟਣਾ ਸ਼ੁਰੂ, ਪਹਿਲੇ ਤਾਂ ਡਿੱਗਿਆ ਜਦੋਂ ਮਤਲਬ ਪੁੱਟਿਆ, ਫਿਰ ਮੈਂ ਜਦੋਂ ਉਹਨੂੰ ਪੁੱਟਣਾ ਸ਼ੁਰੂ ਕਰਤਾ, ਫਿਰ ਮੈਂ ਸਮਝ ਗਿਆ ਤਾਂ ਹਮਲਾ ਹੈ। ਮੂੰਹ ਢੱਕੇ ਹੋਏ ਸੀ ਕਿ ਖੁੱਲ੍ਹੇ ਸੀ? ਮੂੰਹ ਢੱਕੇ ਹੋਏ ਸੀ। ਫਿਰ ਮੈਂ ਨਾ ਅਸਲ ਨੰਬਰ ਸਰ, ਹਾਂ ਮੈਂ ਬਚਾਓ ਬਚਾਓ ਕੀਤੀ ਗਿਆ। ਉਨੀ ਦੇਰ 'ਚ ਸਾਹਮਣੇ ਬੰਦੇ, ਉਹ ਜਿਹੜਾ ਮੋਟਰਸਾਈਕਲ ਜਿਹਦੇ ਹੱਥ 'ਚ ਕਾਪਾ ਸੀ, ਉਹਨੇ ਮੋਟਰਸਾਈਕਲ ਖੜ੍ਹਾ ਕੀਤਾ ਅਤੇ ਉਹ ਆਉਂਦਾ ਹੀ ਪਿਆ ਸੀ ਇੱਧਰ। ਉਨੀ ਦੇਰ 'ਚ ਉਹ ਜਿਹੜੇ ਬੰਦੇ ਉੱਧਰੋਂ ਭੱਜਣੇ ਸ਼ੁਰੂ ਹੋ ਗਏ, ਚੌਕੀਦਾਰ ਮਿਲ ਗਏ ਅਤੇ ਉਹ ਫਿਰ ਵਾਪਸ ਮੁੜ ਗਿਆ ਅਤੇ ਉਹਨੇ ਮੋਟਰਸਾਈਕਲ 'ਤੇ ਬਹਿ ਗਿਆ, ਤੈਨੂੰ ਆਵਾਜ਼ ਮਾਰਨੀ ਆ ਜਾਓ। ਕੁੱਲ ਕਿੰਨੇ ਜਣੇ ਸੀ ਜੀ? ਤਿੰਨ ਜਣੇ। ਮੋਟਰਸਾਈਕਲ ਦਾ ਨੰਬਰ ਨੁੰਬਰ ਨਹੀਂ ਪਛਾਣਿਆ ਕੋਈ? ਮੈਂ ਕਿੱਥੇ ਕਮਾਲ ਮੇਰੇ ਮਗਰੋਂ ਨਾ ਮਾਰੀ ਡਿਗ ਡਰੈਕਟ ਕਰਨ ਦੀ।